ਮੈਨੂੰ ਐਂ ਲੱਗਦਾ ਬਾਈ ਤੁਹਾਡੇ ਜਿਹੜੇ ਚੋਣ ਵਾਲੇ ਬੜੇ ਕੱਟੜ ਆ। ਮੈਮ ਇਹ ਹੈ, ਮੈਨੂੰ ਗਿੱਪੀ ਬਾਈ ਕਹਿੰਦੇ ਹੁੰਦੇ ਆ, ਕਹਿੰਦੇ ਯਾਰ ਵੀ ਤੇਰਾ ਬੜੇ ਘੱਟ ਆਰਟਿਸਟ ਇੱਦਾਂ ਦੇ ਆ ਜਿਹੜੇ ਆਪਣੇ ਇਕੱਲੇ ਦੇ ਦੰਬ ਦੇ ਚੱਲਣ ਦਾ ਦਮ ਰੱਖਦੇ ਆ। ਪਰ ਇਹ ਤਾਂ ਚੀਜ਼ ਹੀ ਐਸੀ ਆ, ਜਿੱਦਾਂ ਮੈਂ ਇਹ ਸੋਚ ਲਿਆ ਵੀ ਮੈਂ ਤਾਂ ਐਂ ਕਰ ਲੈਂਦਾ, ਮੈਂ ਤਾਂ ਐਂ ਕਰ ਲੈਂਦਾ, ਉੱਦਾਂ ਹੀ ਇਹ ਧਿਆਨ ਲਾਉਣਾ। ਚੁਟਕੀ ਦੇ ਵਿੱਚ ਤੁਸੀਂ ਰੋਣਾ ਜੀ, ਤੁਸੀਂ ਉਹ ਪੋਜੀਸ਼ਨ 'ਤੇ ਪਹੁੰਚਣਾ ਜਿੱਥੇ ਉਹਦੀ ਮਾਂ ਮਰੀ ਪਈ ਹੈ, ਮਾਂ ਤੁਹਾਡੀ ਊਂ ਜਿਉਂਦੀ ਆ। ਪ੍ਰਿੰਸ ਨੂੰ ਜਦੋਂ ਉਹਦੀ ਬੁੱਕ ਤੋਂ ਪਤਾ ਲੱਗੀ ਕਿ ਉਹਦੇ ਕੰਮ ਦੀ ਬੁੱਕਤ ਇੱਥੇ ਤੱਕ ਪੈ ਸਕਦੀ, ਉਹਦੀ ਕਲਾ ਦੀ ਬੁੱਕਤ ਇੱਥੇ ਤੱਕ ਪੈ ਸਕਦੀ ਹੈ? ਨਹੀਂ, ਇਹ ਨਹੀਂ ਮੈਨੂੰ ਹਜੇ ਪਤਾ ਲੱਗਿਆ। ਪਰ ਤੁਸੀਂ ਕਦੀ ਸੋਚਦੇ ਤਾਂ ਹੁੰਦੇ ਹੋ ਵੀ ਕਈ? ਮੈਂ ਨਹੀਂ ਧਿਆਨ ਦਿੰਦਾ, ਜਿੱਦਾਂ ਮੈਂ ਇਸ ਗੱਲ 'ਤੇ ਧਿਆਨ ਦੇਣ ਲੱਗ ਗਿਆ ਵੀ ਮੈਂ ਇੱਥੋਂ ਤੱਕ ਐਂ ਹੋ ਗਿਆ, ਮੈਂ ਇੰਨਾ ਪ੍ਰਸਿੱਧ ਹੋ ਗਿਆ, ਫਿਰ ਬਸ ਜੀ। ਮਾਂ ਮੇਰੀ ਨੇ ਬਹੁਤ ਸਪੋਰਟ ਕੀਤੀ, ਬੜਾ ਸੀ। ਮੰਮੀ ਡੀ ਪੀ ਐਡ ਕੀਤੀ ਹੋਈ ਸੀ, ਜੋਬ ਨਹੀਂ ਕੀਤੀ ਮੰਮੀ ਨੇ, ਅਤੇ ਡੈਡੀ ਸੀਗੇ, ਹੈ ਨਾ, ਵੀ ਚਲੋ ਉਹ ਹੁੰਦਾ ਵੀ ਐਂ ਹੁੰਦਾ ਯਾਰ ਅੱਜ ਜਿਹਦੇ ਪਿੱਛੇ ਮੈਂ ਲੱਗਿਆ ਹੋਇਆ ਸੀ। ਮੰਮੀ ਕਹਿੰਦੇ ਸੀ ਕੋਈ ਨਹੀਂ ਅੱਜ ਨਹੀਂ ਕੱਲ੍ਹ ਨੂੰ ਹੋਜੂਗਾ, ਵੀ ਹਟੀ ਨਾ ਲਾਈਨ 'ਚ ਲੱਗਿਆ ਰਿਹਾ। ਵੀ ਉਹ ਜਦੋਂ ਮੈਂ ਉਹ ਕੀਤੀ ਵੀ ਉਹ ਹੈ ਨਹੀਂ ਗੇ, ਉਦੋਂ ਕਿਹਾ ਵੀ ਉਹ ਖੁਸ਼ ਗਏ ਆ, ਬੰਦਾ ਰਾਜਦਾ ਤਾਂ ਹੁੰਦਾ ਨਹੀਂ। ਕੱਲ੍ਹ ਨੂੰ ਵੀ ਜੇ ਆਹ ਦੇਖ ਜਾਂਦੇ ਉਹ, ਫਿਰ ਮੈਨੂੰ ਲੱਗਣਾ ਸੀਗਾ ਵੀ ਯਾਰ ਗਾਂ ਹੋਰ ਦੇਖ ਜਾਂਦੇ, ਮੈਂ ਹੁਣ ਵੀ ਇਦੂ ਬਾਅਦ ਕਿਤੇ ਚਲੋ ਹਜੇ ਤਾਂ ਮੈਂ ਫਲੈਟ 'ਚ ਹੀ ਉਵੇਂ ਰਹੀ ਜਾਂਦਾ, ਅਤੇ ਫਿਰ ਮੈਂ ਵੀ ਉੱਥੇ ਆਪਦਾ ਥਾਂ ਲੈ ਕੇ ਘਰ ਪਾਉਂਦਾ, ਉੱਥੇ ਵੀ ਹੁੰਦੇ ਤਾਂ ਠੀਕ ਹੈ, ਤੁਰੇ ਫਿਰਦੇ ਵਧੀਆ, ਪਾਠ ਕਰਦੇ ਸੈਰ ਕਰਦੇ ਗਏ ਆ ਉਹ, ਕੋਈ ਇੱਕ ਇੰਨੀ ਵੀ ਕਦੇ ਪਾਣੀ ਐਂ ਨਹੀਂ ਹੋਇਆ ਵੀ ਕਿਤੇ ਬਿਮਾਰ ਹੋਏ ਹੁਣ ਜਾਵੇ ਨਾ। ਉਹਨਾਂ ਦਾ ਵੈਸੇ ਹੀ ਸਟਾਈਲ ਹੁੰਦਾ ਸੀ, ਇੱਕ ਦਿਨ ਗੋਡਾ ਦੁਖੀ ਜਾਵੇ, ਉਹ ਮੈਂ ਕਿਹਾ ਡੈਡੀ ਆਪਾਂ ਦਿਖਾ ਲਿਆਉਂਦੇ ਹਾਂ ਜਾ ਕੇ, ਕਹਿੰਦੇ ਨਾ ਜਿਹਨੇ ਦੁਖਣ ਲਾਇਆ ਉਹੀ ਹਟਾਊ। ਨਾਲ ਹੁਣ ਮੇਰੇ ਪੰਮਾ ਵੀਰਾ ਬੈਠਾ। ਪੰਮਾ ਵੀਰਾ ਮੈਂ ਤਾਂ ਕਿਹਾ ਕਿਉਂਕਿ ਤੁਸੀਂ ਸਾਰੇ ਪੰਮੇ ਨੂੰ ਬਹੁਤ ਪਸੰਦ ਕਰਦੇ ਹੋ, ਐਂਡ ਪੰਮਾ ਹੁਣ ਡਿਫਰੈਂਟ ਸ਼ੇਡ ਆਪਣੇ ਕਰੈਕਟਰ 'ਚ ਲੈ ਕੇ ਆਇਆ, ਸਪਿਰਿਚੁਅਲ ਕਰੈਕਟਰ ਲੈ ਕੇ ਆਇਆ, ਪ੍ਰਿੰਸ ਕਵਲਜੀਤ ਸਿੰਘ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਠੀਕ ਹੋ? ਮੈਂ ਜਿਵੇਂ ਹੁਣ ਕੈਮਰੇ ਤੋਂ ਪਹਿਲਾਂ ਕਹਿ ਕੇ ਹਟਿਆ ਨਾ ਬਾਈ, ਪੱਗ 'ਚ ਬਹੁਤ ਸੋਹਣੇ ਲੱਗ ਰਹੇ ਹੋ। ਥੈਂਕ ਯੂ ਵੀਰੇ, ਥੈਂਕ ਯੂ। ਲੋਕ ਪਸੰਦ ਕਰ ਰਹੇ ਆ, ਕਹਿੰਦੇ ਯਾਰ ਕਿ ਪੰਮਾ ਡਿਫਰੈਂਟ ਹੈ, ਲੱਗ ਰਿਹਾ ਕਿ ਘੈਂਟ ਹੈ। ਤੁਸੀਂ ਤਾਰੀਫ ਸੁਣੀ ਆਮ ਤੁਹਾਨੂੰ? ਬਿਲਕੁਲ, ਮੈਨੂੰ ਸਾਰੇ ਕਹਿੰਦੇ ਯਾਰ ਪੱਗ ਬਹੁਤ ਸੋਹਣੀ ਲੱਗੀ, ਹੈ ਨਾ। ਉਸ ਤੋਂ ਬਾਅਦ ਕਰੀ ਕੋਈ, ਕਿਉਂਕਿ ਭਾਅ ਜੀ ਇੰਡਸਟਰੀ ਸਾਡੀ ਇੱਦਾਂ ਦੀ ਆ, ਇੱਕ ਲੁੱਕ ਦੇਖਦੀ ਆ ਅਤੇ ਕਿਤੇ ਨਾ ਕਿਤੇ ਫੋਨ ਕਰ ਦਿੰਦੀ ਆ ਕਿ ਪੰਮੇ ਯਾਰ ਵੀ ਇਹ ਘੈਂਟ ਆ, ਇਹ ਕਰੈਕਟਰ ਆਪਾਂ ਕਰ ਸਕਦੇ ਹਾਂ, ਕੁਛ ਪਲੈਨ ਕਰ ਸਕਦੇ। ਗਿੱਪੀ ਭਾਅ ਜੀ ਆਪਣੇ ਸਭ ਤੋਂ ਵੱਡੇ ਇਸ 'ਤੇ, ਇਹਨਾਂ ਤੋਂ ਵੱਡਾ ਕੌਣ ਹੋਊਗਾ? ਨਹੀਂ, ਜਦੋਂ ਮੈਂ ਪੱਗ ਬੰਨੀ, ਹਾਂ, ਸੁੱਖੀ ਨੇ ਪੱਗ ਬੰਨੀ ਮੇਰੀ, ਤਾਂ ਮੈਂ ਬਾਈ ਨੂੰ ਦਿਖਾਉਣ ਗਿਆ, ਮੈਂ ਕਿਹਾ ਜੀ ਪੱਗ ਦੇਖੋ, ਕਹਿੰਦੇ ਯਾਰ ਤੂੰ ਤਾਂ ਲੱਗਦਾ ਹੀ ਨਹੀਂ ਵੀ ਤੂੰ ਉਹ ਆ, ਇਹ ਤਾਂ ਨਵਾਂ ਕਰੈਕਟਰ ਆ ਗਿਆ। ਹਾਂ, ਕਰੈਕਟਰ ਆ ਗਿਆ, ਦੇਖੋ ਹੈ ਨਾ, ਅੱਖ ਪਛਾਣ ਜਾਂਦੀ ਹੈ। ਬਿਲਕੁਲ। ਅਤੇ ਪ੍ਰਿੰਸ ਭਾਈ, ਅੱਜ ਤੱਕ ਤਾਂ ਵੈਸੇ ਤੁਸੀਂ ਮਾਰ ਤਾੜ ਦੇ, ਯੂਨੋ, ਸ਼ੇਡਿਡ ਕਰੈਕਟਰ ਇੱਦਾਂ ਦੇ ਕੀਤੇ ਆ ਜਿਹੜੇ ਯੂਨੋ ਪਿੰਡਾਂ ਦੇ ਲੋਕਾਂ ਨੇ ਸਪੈਸ਼ਲੀ ਬੜੇ ਪਸੰਦ ਕੀਤੇ ਆ। ਮੰਡੀਆਂ 'ਚ ਜਿਹੜੀਆਂ ਫਿਲਮਾਂ ਹੈ ਨਾ ਥੋੜੀ ਲੱਗਦੀਆਂ, ਉਹ ਬਹੁਤ ਕਲੈਕਸ਼ਨ ਵੀ ਹੋਈ ਆ, ਪਸੰਦ ਵੀ ਹੋਈ ਆ। ਇਹ ਫਿਲਮ ਇੱਕ ਵਰਲਡ ਵਾਈਡ ਇੱਦਾਂ ਦੀ ਫਿਲਮ ਆ ਜਿੱਥੇ ਹਰ ਇੱਕ ਇਨਸਾਨ ਨੇ ਆਪਣਾ ਬਖੂਬੀ ਫਿਲਮਾਂ 'ਚ ਕਿਰਦਾਰ ਨਿਭਾਏ ਹੋਏ ਆ, ਪਰ ਇਸ ਫਿਲਮ 'ਚ ਸਾਰਿਆਂ ਦੇ ਕਿਰਦਾਰ ਹੀ ਅਲੱਗ ਨੇ, ਰੱਬ ਨਾਲ ਜੁੜੇ ਨੇ, ਦੁੱਖਾਂ ਨੂੰ ਸਮਝਣ ਦੇ ਨੇ, ਸੁੱਖ 'ਚ ਯੂਨੋ ਸਬਰ ਰੱਖਣ ਵਾਲੇ ਨੇ। ਪ੍ਰਿੰਸ ਨੇ ਇਸ ਫਿਲਮ ਤੋਂ ਕੀ ਓਬਜ਼ਰਵ ਕੀਤਾ ਜਾਂ ਕੀ ਚੀਜ਼ ਪ੍ਰਿੰਸ ਨੂੰ ਫੀਲ ਹੋਈ ਇਹ ਫਿਲਮ ਕਰਕੇ? ਦੇਖੋ, ਜਿਸ ਤਰ੍ਹਾਂ ਦਾ ਇਹ ਕਰੈਕਟਰ ਹੈ ਨਾ ਸਾਧੂ ਦਾ, ਵੀ ਇਹਦੇ 'ਚ ਮੈਂ ਹੋਰ ਵੀ ਫਿਲਮਾਂ ਕਰਦਾ ਹੈ ਨਾ, ਉਹ ਕਰੈਕਟਰ ਥੋੜ੍ਹੇ ਜਿਹੇ ਸੌਖੇ ਵੀ ਹੁੰਦੇ ਆ, ਅਤੇ ਤੁਸੀਂ ਚਾਰ ਗੱਲਾਂ ਬੋਲ ਕੇ ਉਹ ਕਰ ਦਿੰਦੇ ਆ, ਹੈ ਨਾ, ਵੀ ਹਸਾ ਲਿਆ ਜਾਂ ਵੈਸੇ ਵੀ ਕਿਆ ਬਣਾ ਕਰੀ। ਇਹ ਕਰੈਕਟਰ ਜਿਹੜਾ ਨਾ, ਇਹ ਬਹੁਤ ਔਖਾ ਸੀ।
ਔਰ ਮੈਂ ਹੁਣ ਦੇਖੀ ਜਾਂਦਾ ਸੀਗਾ ਵੀ ਕਰ ਕਿਵੇਂ ਲਿਆ ਮੈਂ, ਮੈਨੂੰ ਐਂ ਮੈਂ ਬਹੁਤ ਡਰਦਾ ਸੀ, ਮੈਂ ਕਹਿ ਰਿਹਾ ਪਤਾ ਨਹੀਂ ਹੁਣ, ਔਰ ਜਿੰਨਾ ਜ਼ੋਰ ਲੱਗ ਸਕਿਆ ਜਿੰਨੀ ਮਿਹਨਤ ਹੋ ਸਕੀ ਉਹ ਪੂਰੀ ਕੀਤੀ। ਔਰ ਇਹ ਕਰੈਕਟਰ ਥੋੜ੍ਹਾ ਜਿਹਾ ਇੱਕ ਅਲੱਗ ਕਿਸਮ ਦਾ ਨਾ ਠਹਿਰਾਓ ਲੈ ਕੇ ਆਇਆ, ਕਿਉਂਕਿ ਚਾਹੇ ਆਪਾਂ ਰੋਲ ਕਰਦੇ ਹਾਂ ਚਾਹੇ ਉਹ ਸਿਰਫ ਫਿਲਮ 'ਚ ਹੁੰਦਾ, ਪਰ ਉਹ ਕਿਤੇ ਨਾ ਕਿਤੇ ਨਾ ਤੁਹਾਡੇ ਉਹਦੇ 'ਤੇ ਲਾਗੂ ਹੁੰਦਾ। ਵੀ ਹੁਣ ਜੇ ਪੰਮੇ ਵਾਲਾ ਕਰੈਕਟਰ ਸੀਗਾ ਤਾਂ ਵੀ ਚਲੋ ਪਹਿਲਾਂ ਮਡੀਰ 'ਚ ਰਹੇ ਹੋਏ ਵੀ ਉੱਦਾਂ ਦਾ ਉਵੇਂ ਹੋ ਗਿਆ, ਹੈ ਨਾ, ਮੈਨੂੰ ਕਹਿੰਦੇ ਸੀ ਇਹ ਗੱਲਾਂ ਲਿਖਦਾ ਕਿੱਥੋਂ, ਮੈਂ ਕਿਹਾ। ਅਤੇ ਫਿਰ ਆਹ ਜਿਹੜਾ ਕਰੈਕਟਰ ਸੀ ਉਹ ਅੰਦਰੋਂ ਕਿਤੇ ਨਾ ਕਿਤੇ ਇਮੋਸ਼ਨਲ ਬਹੁਤ ਆਪਾਂ, ਔਰ ਇਹ ਪੀਕ ਕਰਾਤੀ ਇਹ ਕਰੈਕਟਰ ਨੇ, ਜਿਹੜਾ ਇੱਕ ਆਪਾਂ ਨੂੰ ਹੁੰਦਾ ਨਾ ਵੀ ਮੈਂ ਨਹੀਂ ਕਹਿੰਦਾ ਹੁੰਦਾ ਸੀ ਵੀ ਯਾਰ ਜਿੱਦੇ ਸੰਤੁਸ਼ਟ ਹੋ ਗਏ ਉਹਦੇ ਤਾਂ ਖੜ੍ਹ ਜਾਂਗੇ, ਪਰ ਇੱਦਾਂ ਦੇ ਕਰੈਕਟਰ ਬੰਨੀ ਉਹਦਾ ਸੰਤੁਸ਼ਟ ਹੋ ਗਿਆ। ਇਹ ਚੀਜ਼ ਨਾ ਇੱਕ ਨਾ ਮੈਂ ਓਬਜ਼ਰਵ ਕੀਤੀ ਹੈ ਬਾਈ, ਪਹਿਲੀ ਗੱਲ ਤਾਂ ਇਹ ਚੀਜ਼ ਮੈਨੂੰ ਖੁਸ਼ੀ ਲੱਗੀ ਕਿ ਤੁਹਾਡੇ ਹਿੱਸੇ ਯੂਨੋ ਆ ਗਈ ਹੈ ਫਿਲਮ ਦੇ ਤੀਜੇ ਭਾਗ 'ਤੇ, ਕਿ ਪੰਜ ਗੁਰਦੁਆਰਾ ਸਾਹਿਬ ਜਿਹੜੇ ਹੈ ਨਾ, ਬਸ ਬਸ ਉਹ ਤੁਸੀਂ ਜਾ ਕੇ ਆਏ ਹੋ, ਹੈ ਨਾ, ਉਹ ਉੱਥੇ ਤੁਸੀਂ ਫੀਲ ਕੀਤਾ ਆ, ਕਿਉਂਕਿ ਹਰ ਇੱਕ ਇਨਸਾਨ ਨੂੰ ਕਿਸਮਤ ਵਾਲਾ ਹੀ ਮੈਂ ਸਮਝੂੰਗਾ ਜਿਹੜਾ ਜਾ ਆਇਆ, ਅਤੇ ਉਹ ਜਿਹੜਾ ਜਾ ਆਇਆ ਅਤੇ ਉਹਦੀ ਉੱਥੇ ਫਿਲਮ ਬਣੀ ਆ ਅਤੇ ਉਹ ਫਿਲਮ ਸਦਾਬਹਾਰ ਰਹਿਣੀ ਆ, ਅਤੇ ਉਹਨੇ ਉਸ ਚੀਜ਼ ਨੂੰ ਪੂਰੀ ਉਮਰ ਦੇਖਣਾ, ਉਮਰ ਦੇਖਣਾ। ਵੀ ਤੁਸੀਂ ਦੇਖੋ ਬਹੁਤ ਵੱਡੀ ਚੀਜ਼, ਵੱਡੀ ਵੱਡੀ ਚੀਜ਼ ਹੈ ਵੀ ਅਰਦਾਸ ਦੇ ਰਾਹੀਂ ਮੇਰੀ ਜਿਹੜੀ ਅੰਦਰ ਮਨ 'ਚ ਹੁੰਦਾ ਸੀ, ਕਿਉਂਕਿ ਵੀ ਆਪਣੇ ਘਰਾਂ 'ਚ ਦੱਸਦੇ ਹੁੰਦੇ ਵੀ ਇੰਨੇ ਸਾਲ ਤੀਕਰ ਵੀ 60 ਸਾਲ ਤੀਕਰ ਜਾਂ ਉਦੋਂ ਵੀ ਉਦੋਂ ਪਹਿਲਾਂ ਵੀ ਸ਼ਾਇਦ 60 ਸਾਲ ਹੈ ਵੀ ਪਹਿਲਾਂ ਜਿਹੜਾ ਹੈਗਾ ਵੀ ਤੁਸੀਂ ਹਜ਼ੂਰ ਸਾਹਿਬ ਜਾ ਕੇ ਆਓ, ਔਰ ਉਹ ਬੜੇ ਸਹੀ ਟਾਈਮ 'ਤੇ, ਐਵੇਂ ਨਹੀਂ ਲੱਗਿਆ ਵੀ ਯਾਰ ਵੀ ਕਾਲੀ ਵਾਲਾ ਜਾਂ ਐਂ ਨਹੀਂ ਲੱਗਾ ਵੀ ਯਾਰ ਉੱਥੇ ਜਾ ਕੇ ਆਉਣਾ, ਇੱਕ ਉਹ ਹੋ ਜਾਂਦਾ ਨਾ ਵੀ ਸਾਰੇ ਜਾਂਦੇ ਆ ਮੈਂ ਵੀ ਜਾ ਕੇ ਆਉਣਾ, ਇੱਕ ਵੈਸੇ ਲੱਗਦਾ ਹੁੰਦਾ, ਪਰ ਇਹ ਵੀ ਨਾਲ ਹੀ ਕੰਮ ਨਾਲ ਹੀ ਉਹ ਫਿਲਮ ਬਣੀ ਨਾਲ ਹੀ ਰੋਲ ਜਾ ਕੇ ਉਵੇਂ ਯਾਤਰਾ ਹੋਈ ਉਵੇਂ ਪ੍ਰੋਪਰ ਤਰੀਕੇ ਨਾਲ ਜਾ ਕੇ ਉਵੇਂ ਹੀ ਉੱਥੇ ਉਨੇ ਦਿਨ ਰਹੇ ਹਾਂ, ਕਿਆ ਬਾਤ ਹੈ, ਹੈ ਨਾ, ਉੱਥੇ ਜਾ ਕੇ ਸੇਵਾ ਵੀ ਕਰ ਲੈਂਦੇ ਸੀ, ਹੈ ਨਾ, ਲੰਗਰ ਵੀ ਛੱਕ ਆਏ, ਹੈ ਨਾ, ਸਾਰਾ ਉਹ ਜਿਹੜਾ ਉੱਥੇ ਮਾਹੌਲ ਰਿਹਾ ਉਹਦੇ ਨਾਲ, ਜਿਵੇਂ ਫਿਲਮ ਦਾ ਨਾਂ ਅਰਦਾਸ ਹੈ ਤਾਂ ਆਈ ਮੰਨ ਲਓ ਵੀ ਸਾਰਿਆਂ ਦੀ ਅਰਦਾਸ ਹੀ ਪੂਰੀ ਹੋ ਗਈ। ਮੈਂ ਨਾ ਤੁਹਾਡੇ ਚੁੱਪ ਤੋਂ ਥੋੜ੍ਹੀ ਸਬਰ ਤੋਂ ਨਾ ਬੜਾ ਓਬਜ਼ਰਵ ਕੀਤਾ, ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ ਵੀ ਤੁਸੀਂ ਹੱਥ 'ਚ ਕੀ ਪਾਇਆ ਹੋਇਆ? ਇਹ ਹਜ਼ੂਰ ਸਾਹਿਬ ਤੋਂ ਹੀ ਲਈ ਸੀ ਮੈਂ ਮਾਲਾ। ਅੱਛਾ, ਹਾਂ, ਮੈਂ ਵੈਸੇ ਤੁਸੀਂ ਕਦੇ ਧਿਆਨ ਨਹੀਂ ਦਿੱਤਾ, ਮੈਨੂੰ ਹੈਗਾ ਥੋੜ੍ਹਾ ਜਿਹਾ ਮਾਲਾ, ਮੈਂ ਪਹਿਲਾਂ ਵੀ ਪਾ ਕੇ ਰੱਖਦਾ ਸੀ। ਪਾਠ ਕਰਦੇ ਹੋ ਬਈ? ਪਾਠ ਕਰਦੇ। ਇਹ ਕਿਉਂ ਕਰਦਾ, ਜਾਪ ਕਰਦੇ? ਹਾਂ, ਚੁਪਈ ਸਾਹਿਬ ਮੈਨੂੰ ਮੂੰਹ ਜਵਾਨੀ ਯਾਦ ਹੈ ਮੈਨੂੰ ਵੀ, ਅਤੇ ਪਹਿਲੀ ਪੌੜੀ ਦਾ ਜਾਪ, ਹੈ ਨਾ, ਉਹ ਤਾਂ ਮੈਨੂੰ ਮੇਰੀ ਦਾਦੀ ਜੀ ਨੇ ਜਦੋਂ ਅਸੀਂ ਨਿੱਕੇ ਨਿੱਕੇ ਸੀ, ਦਸਾਂ ਗੁਰੂਆਂ ਸਾਹਿਬਾਨਾਂ ਦੇ ਨਾਂ ਅਤੇ ਪਹਿਲੀ ਪੌੜੀ ਦਾ ਜਾਪ, ਠੀਕ ਹੈ, ਇਹ ਚੀਜ਼ਾਂ ਸਾਨੂੰ ਘਰੋਂ ਹੀ ਉਹ ਕੀਤੀਆਂ ਜਾਂਦੀਆਂ ਸੀਗੀਆਂ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਹਿਬਜ਼ਾਦਿਆਂ ਦੇ ਨਾਂ, ਇਹ ਸਾਨੂੰ ਸ਼ੁਰੂ ਤੋਂ ਅੰਮ੍ਰਿਤ ਵੇਲਾ ਵੀ ਚੱਲਦਾ ਸੀਗਾ ਘਰ, ਹਾਂ, ਉਹ ਸਾਡੇ ਬਜ਼ੁਰਗ, ਹਾਂ, ਉਹ ਕਰਦੇ ਸੀ, ਕਿਉਂਕਿ ਕਾਫੀ ਘਰਾਂ ਦੇ ਚੱਲਦਾ ਨਾ, ਮੇਰੇ ਘਰੇ ਮਦੀ ਮਦਰ ਹੋ ਰਹੀ, ਹਾਂ, ਤੇ ਅੰਮ੍ਰਿਤ ਵੇਲਾ ਕਰਦੇ ਹੁੰਦੇ ਆ, ਤਾਂ ਹੁੰਦਾ ਹੈ ਕਿ ਤੁਸੀਂ ਚੁਪਈ ਸਾਹਿਬ ਜਿਹੜੇ ਇੰਨੇ ਪਾਠ ਤੁਸੀਂ ਕਰਨੇ ਆ,
ਉਵੇਂ ਨਹੀਂ ਮੈਂ ਕਦੇ ਕੀਤਾ ਵੀ ਇੰਨੇ ਪਾਣੀ ਕਰਨੇ ਆ। ਮੈਂ ਵੈਸੇ ਹੁੰਦਾ ਵੀ ਰਾਤ ਨੂੰ ਪੈਣ ਤੋਂ ਪਹਿਲਾਂ ਮੈਂ ਚਪਈ ਸਾਹਿਬ ਕਰਦਾ, ਅਤੇ ਜਿਵੇਂ ਜੇ ਹੁਣ ਭੱਜ ਨੱਠ ਰਹਿੰਦੀ ਹੈ, ਜਦੋਂ ਹੀ ਮੌਕਾ ਸਮਾਂ ਮਿਲਦਾ ਤਾਂ ਤਾਂਗ ਵੀ ਉੱਠਦੀ ਹੁੰਦੀ ਹੈ ਮਨ 'ਚ, ਫਿਰ ਗੁਟਕਾ ਸਾਹਿਬ ਤੋਂ ਰਹਿਰਾ ਸਾਹਿਬ ਜਾਂ ਸਵੇਰੇ ਜਪੁ ਜੀ ਸਾਹਿਬ ਉਹ ਕਰੀਦਾ। ਉਹ ਥੋੜ੍ਹਾ ਮੈਂ ਬੋਲ ਕੇ ਕਰਦਾ ਵੀ ਮੈਂ ਉੱਚੀ ਬੋਲ ਕੇ ਕਰਦਾ, ਕਿਉਂਕਿ ਨਾ ਇੱਕ ਖਾਨ ਸਾਹਿਬ ਦੀ ਆਵਾਜ਼ 'ਚ ਜਪੁਜੀ ਸਾਹਿਬ ਜਿਹੜਾ ਪਾਠ ਹੈ ਬਹੁਤ ਉਹ ਬਹੁਤ ਕਮਾਲ, ਬਹੁਤ ਬਹੁਤ ਬਹੁਤ। ਉਹ ਅਸਲ 'ਚ ਨਾ ਸਭ ਤੋਂ ਪਹਿਲਾਂ ਭਾਈ ਤਰਲੋਚਨ ਸਿੰਘ ਜੀ ਸੀਗੇ, ਉਹਨਾਂ ਦੀ ਕੈਸੇਟ ਆਈ ਸੀ ਪਾਠ ਦੀ, ਉਸ ਉਹ ਜਿਵੇਂ ਉਹ ਕਰਦੇ ਹੁੰਦੇ ਸੀ ਉਵੇਂ ਕਰਕੇ ਉਹਨੇ ਕੀਤਾ, ਔਰ ਬਹੁਤ ਵਧੀਆ, ਬਹੁਤ ਸਕੂਨ ਹੈ ਇੱਕ, ਹੈ ਨਾ। ਅਤੇ ਪ੍ਰਿੰਸੀਪਲ ਜੀ, ਜ਼ਿੰਦਗੀ 'ਚ ਅਰਦਾਸ ਤੁਸੀਂ ਜੋ ਕੀਤੀ ਹੋਵੇ ਪੂਰੀ ਹੋਈ ਹੈ? ਬਿਲਕੁਲ। ਜਿਹੜੀ ਪੂਰੀ ਹੋਈ ਹੈ ਮੈਨੂੰ ਉਹ ਦੱਸੋ। ਮੇਰੀ ਨਾ ਕੋਈ ਐਂ ਹੈ ਨਹੀਂ ਵੀ ਜਿਹੜੀ ਮੇਰੀ ਨਹੀਂ ਪੂਰੀ ਹੋਈ। ਐਕਟਰ ਬਣਨ ਦੀ ਅਰਦਾਸ ਕੀਤੀ ਸੀਗੀ? ਉਹ ਸੋਚਦੇ ਹੀ ਹੁੰਦੇ ਆਪਾਂ ਹੁਣ ਚੰਗਾ ਐਕਟਰ ਬਣਨ ਦੀ ਆ, ਹੋਰ ਵੱਡੀਆਂ ਫਿਲਮਾਂ ਮਿਲਣ ਦੀ ਅਰਦਾਸ। ਉਹ ਆਏ ਨਹੀਂ ਇੰਨਾ ਨਹੀਂ, ਮੈਂ ਅਰਦਾਸ ਕਰਦਾ ਲਾਲਚ ਨਹੀਂ ਕਰਦਾ, ਹੈ ਨਾ। ਵੀ ਉਹ ਆਏ ਰਿਹਾ ਵੀ ਮੈਂ ਜੇ ਨਾਟਕ ਲਿਖਿਆ, ਪਹਿਲਾ ਨਾਟਕ ਲਿਖਿਆ ਰੱਬਾ ਰੱਬਾ ਮੀਂਹ ਵਰਸਾ ਬੱਚਿਆਂ ਦਾ, ਬਹੁਤ ਚੱਲਿਆ ਸੀ। ਦੂਜਾ ਨਾਟਕ ਲਿਖਣਾ ਨਹੀਂ ਆਉਂਦਾ ਸੀ ਮੈਨੂੰ ਵੀ ਨਾਟਕ ਲਿਖੀ ਦਾ। ਦੂਜਾ ਨਾਟਕ ਲਿਖਿਆ ਚੰਦ ਜਦੋਂ ਰੋਟੀ ਲੱਗਦਾ ਹੈ, ਬਹੁਤ ਚੱਲਿਆ। ਮੇਰੀ ਕਿਤਾਬ ਆ ਗਈ, ਬੜਾ ਸਲਾਹੁੰਦੇ ਸੀ ਸਾਰੇ ਵੀ ਯਾਰ ਵਧੀਆ ਨਾਟਕ ਲਿਖਦਾ। ਫਿਰ ਸਾਡੇ ਹੁੰਦਾ ਸੀ ਬਰਨਾਲੇ ਵੀ, ਇੱਥੇ ਮਹਾਂਸ਼ਕਤੀ ਕਲਾ ਮੰਦਿਰ ਦੇ ਵਿੱਚ ਨਾਟਕ ਮੇਲਾ ਹੁੰਦਾ ਸੀ, ਉਹ ਸਾਨੂੰ ਲੱਗਦਾ ਸੀ ਵੀ ਇਹ ਸਾਡਾ ਫਿਲਮ ਫੇਅਰ ਅਵਾਰਡ ਹੈ ਵੱਡਾ, ਅਤੇ ਉੱਥੋਂ ਬੈਸਟ ਐਕਟਰ ਦਾ ਮੈਨੂੰ ਮਿਲਿਆ। ਫਿਰ ਮੈਂ ਜੇ ਦੁਕਾਨ ਕੀਤੀ ਤਾਂ ਮੇਰੀ ਦੁਕਾਨ ਵੀ ਚੱਲ ਪਈ, ਜੇ ਮੈਂ ਸ਼ੋਅਰੂਮ ਬਣਾ ਲਿਆ, ਸ਼ੋਅਰੂਮ ਛੱਡ ਕੇ ਆ ਕੇ ਇੱਥੇ ਕੰਮ ਕਰਨ ਲੱਗ ਗਿਆ ਇੰਡਸਟਰੀ 'ਚ ਚੰਗੀ ਤਰ੍ਹਾਂ, 2012-13 'ਚ ਆ ਗਿਆ ਸੀ ਮੈਂ, ਅਤੇ ਇੱਥੇ ਵਾਹਿਗੁਰੂ ਨੇ ਮੈਂ ਕਰਕੇ ਸੁਣ ਲਈ, ਕੁਛ ਉੱਦਾਂ ਦਾ ਤਾਂ ਕੁਛ ਹੋਇਆ ਨਹੀਂ ਬਈ। ਇੱਕ ਨਾ ਫਿਲਮ 'ਚ ਨਾ ਡਾਇਲੋਗ ਆ ਤੁਹਾਡਾ, ਟ੍ਰੇਲਰ 'ਚ ਮੈਂ ਦੇਖਿਆ ਆ ਕਿ 14 ਦਿਨ ਤੱਕ, 14 ਦਿਨ ਤੱਕ ਕਿਹੜਾ ਡਾਇਲੋਗ ਆ ਤੁਹਾਡਾ ਜਿਹੜਾ ਕੁੜੀ ਤੁਹਾਨੂੰ ਕਹਿੰਦੀ ਆ ਕਿ 14 ਸਾਲਾਂ ਤੱਕ ਹੈ ਨਾ ਵੀ ਤੁਸੀਂ ਉਹਨੂੰ ਕੈਦ ਕਰਕੇ ਰੱਖਿਆ? ਕੈਦ ਕਰਕੇ ਨਹੀਂ, ਉਹ ਕਹਿੰਦੀ ਵੀ ਲਾਸ਼ ਨੂੰ 14 ਸਾਲਾਂ ਦੀ ਕਰਤਾ। ਹਾਂ, ਅਤੇ ਕੀ ਹੈ ਕਿ ਦੇਖ ਕੇ ਪਤਾ ਲੱਗਣਾ ਯਾਰ, ਮੈਂ ਇਸ ਕਰੈਕਟਰ 'ਤੇ ਮੇਰੇ ਤੋਂ ਜ਼ਿਆਦਾ ਗੱਲ ਹੁੰਦੀ ਨਹੀਂ, ਇਹ ਦੇਖ ਕੇ ਪਤਾ ਲੱਗੂ। ਮੈਨੂੰ ਵੀ ਨਹੀਂ ਸਮਝ ਆਈ ਵੀ ਉਹ ਕਿੱਦਾਂ ਦਾ ਕਰੈਕਟਰ ਹੈ, ਕੀ ਹੈ, ਕੀ ਉਹ ਰਾਈਟ ਹੈ ਜਾਂ ਉਹ ਰੋਂਗ ਹੈ, ਉਹ ਰਾਈਟ ਸੀਗਾ ਕਿ ਰੋਂਗ ਸੀਗਾ। ਪੰਮੇ ਵਾਸਤੇ ਸਕੂਨ ਕੀ ਹੈ, ਸਕੂਨ ਪ੍ਰਿੰਸ ਭਾਈ ਤੁਸੀਂ ਕਿੱਥੇ ਲੱਭਦੇ ਹੋ? ਸਕੂਨ ਇਹਦੇ 'ਚ ਹੀ ਲੱਗਦਾ ਕੰਮ 'ਚ ਨਾ, ਇਹਦੇ 'ਚ ਵੀ ਜਿਹੜਾ ਕੰਮ ਦੇਖੋ ਸ਼ੌਂਕ ਹੁੰਦਾ ਸੀ, ਸ਼ੌਂਕ ਪ੍ਰੋਫੈਸ਼ਨ ਬਣ ਗਿਆ। ਜਿੰਨੀ ਮੈਂ ਉਨੀਆਂ ਬਾਹਲੀਆਂ ਲੋੜਾਂ ਬਣਾਈਆਂ ਨਹੀਂ ਹੋਈਆਂ, ਜਿੰਨੀਆਂ ਕੁ ਲੋੜਾਂ ਉਹ ਮੇਰੀਆਂ ਪੂਰੀਆਂ ਹੋ ਜਾਂਦੀਆਂ। ਠੀਕ ਹੈ, ਆਪਾਂ ਨੂੰ ਐਂ ਹੈ ਨਹੀਂ ਵੀ ਮੈਂ ਐਂ ਵੀ ਹੋਵੇ ਐਂ ਵੀ ਹੋਵੇ, ਜਿਹੜੀ ਜਿੰਨੀ ਗੱਡੀ ਹੈਗੀ ਆ, ਠੀਕ ਹੈ, ਫੋਰਚੂਨਰ ਗੱਡੀ ਹੈਗੀ ਆ, ਪਰ ਚਾਹੇ ਕਿਸ਼ਤਾਂ 'ਤੇ ਆ, ਉਹ ਕਿਸ਼ਤਾਂ ਵੀ ਭਰੀਆਂ ਜਾਂਦੀਆਂ। ਉਹ ਕਦੇ ਮੈਨੂੰ ਐਂ ਕਦੇ ਹੋਇਆ ਨਹੀਂ ਵੀ ਯਾਰ ਕਿਸ਼ਤ ਟੁੱਟ ਗਈ, ਐਂ ਕਦੇ ਨਹੀਂ ਹੋਇਆ। ਔਰ ਮੈਂ ਵੈਸੇ ਲੋਨ ਲਾਉਣ ਦੇ ਇਹਨਾਂ ਤੋਂ ਬਹੁਤ ਡਰਦਾ, ਹੈ ਨਾ, ਪਰ ਵੀ ਉਹ ਲਾਈਨ ਐਂ ਕਰਕੇ ਵੀ ਤੁਹਾਨੂੰ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਥੋੜ੍ਹਾ ਰੱਖਣਾ ਪੈਣਾ। ਮੈਂ ਤਾਂ ਬਹੁਤ ਸਾਲ ਐਕਟਿਵਾ 'ਤੇ ਹੀ ਫਿਰਦਾ ਰਿਹਾ, ਹੈ ਨਾ, ਪਰ ਉਹ ਫਿਰ ਅੱਛਾ ਲਾਈਨ ਹੀ ਐਸੀ ਹੈ ਥੋੜ੍ਹਾ ਜਿਹਾ ਵੀ ਤੁਸੀਂ ਉਸ ਹਿਸਾਬ ਨਾਲ ਨਾ ਤੁਰੇ ਫਿਰੇ, ਨਾ ਉਹ ਕੀਤਾ,
ਫਿਰ ਉਵੇਂ ਰੈਗੂਲਰ ਲੈਣ ਲੱਗ ਗਿਆ। ਪ੍ਰਿੰਸ ਨੂੰ ਜਦੋਂ ਉਹਦੀ ਬੁੱਕਤ ਪਤਾ ਲੱਗੀ ਕਿ ਉਹਦੇ ਕੰਮ ਦੀ ਬੁੱਕਤ ਇੱਥੇ ਤੱਕ ਪੈ ਸਕਦੀ, ਉਹਦੀ ਕਲਾ ਦੀ ਬੁੱਕਤ ਇੱਥੇ ਤੱਕ ਪੈ ਸਕਦੀ ਹੈ, ਨਹੀਂ ਇਹ ਨਹੀਂ ਮੈਨੂੰ ਹਜੇ ਪਤਾ ਲੱਗਾ। ਸਾਹਮਣੇ ਜਿਨ੍ਹਾਂ ਨੇ ਮੈਨੂੰ ਦੇਖਣਾ ਉਹਨਾਂ ਨੂੰ ਪਤਾ ਲੱਗਣਾ ਜ਼ਰੂਰੀ। ਪਰ ਤੁਸੀਂ ਕਦੀ ਸੋਚਦੇ ਤਾਂ ਹੁੰਦੇ ਹੋ ਵੀ ਕਈ? ਮੈਂ ਨਹੀਂ ਧਿਆਨ ਦਿੰਦਾ, ਜਿੱਦੇ ਮੈਂ ਇਸ ਗੱਲ 'ਤੇ ਧਿਆਨ ਦੇਣ ਲੱਗ ਗਿਆ ਵੀ ਮੈਂ ਇੱਥੋਂ ਤੇ ਕਰਾਂ ਇਹ ਹੋ ਗਿਆ, ਮੈਂ ਇੰਨਾ ਪ੍ਰਸਿੱਧ ਹੋ ਗਿਆ, ਫਿਰ ਬਸ ਉੱਦਾਂ ਹੀ ਗੜਬੜ ਹੋ ਜੂ, ਉੱਦਾਂ ਹੀ ਮੈਂ ਘਰੇ ਬਹਿ ਜੂੰਗਾ, ਕਿਉਂਕਿ ਹੁਣ ਮੈਂ ਐਂ ਤੁਰਿਆ ਫਿਰਦਾ ਰਹਿੰਦਾ। ਹਾਂ, ਮੇਰੇ ਦੋ ਯਾਰ ਦੋਸਤ ਨਾਲ ਹੁੰਦੇ, ਅਸੀਂ ਐਂ ਫਿਰਦੇ, ਕਿਉਂਕਿ ਮੈਨੂੰ ਐਂ ਲੱਗਦਾ ਬਾਈ ਤੁਹਾਡੇ ਜਿਹੜੇ ਚੋਣ ਵਾਲੇ ਬੜੇ ਕੱਟੜ ਆ। ਮੈਂ ਇਹ ਹੈ, ਮੈਨੂੰ ਗਿੱਪੀ ਬਾਈ ਕਹਿੰਦੇ ਹੁੰਦੇ ਆ, ਕਹਿੰਦੇ ਯਾਰ ਵੀ ਤੇਰਾ, ਤੁਸੀਂ ਜੇ ਆਪਣੇ ਦਮ 'ਤੇ ਕੋਈ ਫਿਲਮ ਇਕੱਲੇ ਦੇ ਤੌਰ 'ਤੇ ਵੀ ਕਰ ਦਿਓ ਨਾ, ਚਲੋ ਫੋਰਨੀ ਤਾਂ ਬਹੁਤ ਐਗਜ਼ਾਮਪਲ ਰਹੀ ਹੈ, ਇਕੱਲੇ ਤੌਰ 'ਤੇ ਕੋਈ ਵੀ ਫਿਲਮ ਕਰ ਦਿਓ। ਹਾਂ, ਚੇਤਾ ਸਿੰਘ ਹੋਰ ਬਹੁਤ ਨੇ ਪਾਈ ਤੁਹਾਡੀਆਂ, ਜਿਸ 'ਚ ਤੁਹਾਡੀ ਪਰਫੋਰਮੈਂਸ ਪੰਛੀ ਦੇਖ ਲਓ ਜੀ, ਕਿਆ ਮਤਲਬ ਫਿਲਮ ਹੈ। ਤੁਸੀਂ ਮੈਨੂੰ ਇਹ ਲੱਗਦਾ ਕਿ ਬੜੇ ਘੱਟ ਆਰਟਿਸਟ ਇੱਦਾਂ ਦੇ ਆ ਜਿਹੜੇ ਆਪਣੇ ਇਕੱਲੇ ਦੇ ਦਮ 'ਤੇ ਚੱਲਣ ਦਾ ਦਮ ਰੱਖਦੇ ਆ। ਬਾਕੀ ਦੇਖੋ ਮੈਂ ਤੁਹਾਨੂੰ ਦੱਸਦਾ, ਜਦੋਂ ਅਸੀਂ ਲੱਗੇ ਰਹਿੰਦੇ ਮਿਹਨਤ ਕਰਦੇ ਰਹਿੰਦੇ ਹਾਂ ਉਵੇਂ ਹੋ ਜਾਂਦਾ। ਤੁਸੀਂ ਕੋਈ ਵੀ ਜਿੰਨੇ ਮਰਜ਼ੀ ਲੈ ਲਓ, ਉਹ ਸਾਰੇ ਜਣੇ ਹੀ ਛੋਟੇ ਛੋਟੇ ਕਰੈਕਟਰ ਕਰਕੇ ਜਾਂ ਕਰੈਕਟਰ ਕਰਕੇ ਉਹ ਲੱਗੇ ਰਹਿੰਦੇ, ਇੱਕ ਟਾਈਮ 'ਤੇ ਆ ਕੇ ਉਹ ਬੰਦਾ ਇੰਨੇ ਜੋਗਾ ਹੋ ਜਾਂਦਾ ਵੀ ਆਪਦੇ 'ਤੇ ਉਹ ਚਲਾ ਲੈਂਦਾ, ਸਕਰੀਨ ਹੋਲਡ ਕਰ ਲੈਂਦਾ। ਉਹ ਲੱਗੇ ਰਹਿਣਾ ਜ਼ਰੂਰੀ ਆ, ਔਰ ਇਹ ਤਾਂ ਚੀਜ਼ ਹੀ ਐਸੀ ਆ, ਜਿੱਦੇ ਮੈਂ ਇਹ ਸੋਚ ਲਿਆ ਵੀ ਮੈਂ ਤਾਂ ਐਂ ਕਰ ਲੈਂਦਾ, ਉੱਦਾਂ ਹੀ ਇਹ ਤਾਂ ਧਿਆਨ ਲਾਉਣਾ ਤੁਸੀਂ, ਇੱਕ ਮਨ ਇੱਕ ਚਿੱਤ ਹੋਏ ਬਗੈਰ ਤੁਹਾਡੇ ਤੋਂ ਕੰਮ ਨਹੀਂ ਹੋਣਾ, ਕਿਉਂਕਿ ਤੁਸੀਂ ਕਰੈਕਟਰ ਕੋਈ ਫੜਨਾ। ਚੁਟਕੀ ਦੇ ਵਿੱਚ ਤੁਸੀਂ ਰੋਣਾ ਜੀ, ਤੁਸੀਂ ਉਹ ਪੋਜੀਸ਼ਨ 'ਤੇ ਪਹੁੰਚਣਾ ਜਿੱਥੇ ਉਹਦੀ ਮਾਂ ਮਰੀ ਪਈ ਹੈ, ਮਾਂ ਤੁਹਾਡੀ ਊਂ ਜਿਉਂਦੀ ਹੈ, ਤੁਸੀਂ ਉੱਥੇ ਜਾਣਾ, ਉਹ ਚੁਟਕੀ 'ਚ ਜਾਣਾ ਬਈ। ਮੈਨੂੰ ਐਕਸ਼ਨ ਉਦੋਂ ਪਹਿਲਾਂ 25 ਜਾਣੇ, ਕਲੈਪ ਵਾਲਾ ਵੀ ਟੋਕ ਐਂ ਕਰ ਗਿਆ, ਲਾਈਟਿੰਗ ਸਾਊਂਡ ਇੰਨਾ ਕੁਛ ਤੋਂ ਬਾਅਦ, ਇੰਨੇ ਰੌਲੇ ਤੋਂ ਬਾਅਦ ਵੀ ਐਕਸ਼ਨ ਹੁਣ ਕਰੋ ਜੀ। ਇਹ ਚੁਟਕੀ ਤੋਂ ਵੀ ਪਹਿਲਾਂ ਤੁਹਾਨੂੰ ਉਹ ਜ਼ੋਨ 'ਚ ਜਾਣਾ ਪੈਣਾ। ਉਹ ਤੁਸੀਂ ਕਿਵੇਂ ਜਾਓਗੇ? ਜਦੋਂ ਤੁਹਾਨੂੰ ਇੱਕ ਮਨ ਇੱਕ ਚੇਤ ਹੈ ਉਵੇਂ ਕਰਕੇ ਆਉਂਗੇ, ਜਦੋਂ ਤੁਹਾਨੂੰ ਤੁਹਾਡਾ ਇਹ ਧਿਆਨ ਹੈ ਨਹੀਂ ਗਾ ਵੀ ਮੈਂ ਤਾਂ ਘੈਂਟ ਐਕਟਰ, ਇਹ ਤਾਂ ਵੱਡਿਆਂ ਵੱਡਿਆਂ ਦੀ ਉਹ ਨਿਕਲ ਜਾਂਦਾ, ਨਹੀਂ ਹੁੰਦਾ। ਮੇਰੇ ਨਾਲ ਬਹੁਤ ਵਾਰੀ ਹੋ ਜਾਂਦਾ, ਅਸੀਂ ਕਰੀ ਜਾਂਦੇ ਸੀਗੇ ਸੈਕਟਰ 17, ਉਹ ਸੀਨ 'ਚ ਵੀ ਦਿਖੂਗਾ ਵੀ ਮੇਰੇ ਤੋਂ ਉੱਥੇ ਜਾਇਆ ਹੀ ਨਹੀਂ ਗਿਆ, ਜ਼ੋਨ 'ਚ ਹੀ ਨਹੀਂ ਜਾਇਆ ਗਾ, ਸੀਗੀ ਸਾਨੂੰ ਕਾਹਲੀ ਕਰਨਾ ਪਿਆ। ਬਾਈ ਮੈਨੂੰ ਇੱਕ ਗੱਲ ਦੱਸਿਓ, ਤੁਹਾਡੀ ਗੱਲ 'ਚ ਹੀ ਮੈਨੂੰ ਗੱਲ ਯਾਦ ਆਈ, ਜਦੋਂ ਅਸੀਂ ਇਮੋਸ਼ਨਲ ਕਰੈਕਟਰ ਆਪਣੇ ਪਰਿਵਾਰ ਨੂੰ ਲੈ ਕੇ ਕਰਦੇ ਹਾਂ ਨਾ, ਸਪੋਜ਼ ਕਰੋ ਜਿਵੇਂ ਸਾਡਾ ਬਾਪੂ ਰੋ ਰਿਹਾ ਹੈ, ਕਰਜ਼ੇ ਤੋਂ ਪਰੇਸ਼ਾਨ ਹੈ, ਜਾਂ ਸਾਡੇ ਬਾਪੂ ਨੂੰ ਕੁਛ ਹੋ ਗਿਆ, ਸਾਡੇ ਬਾਪੂ ਨੂੰ ਉਹਨੂੰ ਉਹਦੀ ਲੱਤ ਨੂੰ ਕੁਛ ਹੋ ਗਿਆ, ਅਸੀਂ ਉਹ ਕਰੈਕਟਰ ਕਰਨਾ। ਪੰਮੇ ਬਾਈ ਕਦੀ ਇੱਦਾਂ ਵੀ ਫੀਲ ਹੋਇਆ ਪ੍ਰਿੰਸੇ ਨੇ ਕਿ ਇਹ ਪਿਓ, ਇਹ ਮੈਂ ਨਾਟਕ ਕਰਨਾ, ਪਰ ਮੈਂ ਨਾਟਕ ਮੈਂ ਅਸਲ ਪਿਓ ਸਮਝ ਕੇ ਕਰਨਾ, ਤਾਂ ਜਦੋਂ ਅਸੀਂ ਨਾਟਕ ਕਰਨ ਲੱਗੇ ਹਾਂ ਤਾਂ ਕਿਤੇ ਨਾ ਕਿਤੇ ਸਾਨੂੰ ਐਵੇਂ ਯਾਦ ਹੋਇਆ ਕਿ ਯਾਰ ਵੀ ਕਿੱਡਾ ਵੱਡਾ ਦੁੱਖ ਹੈਗਾ ਇਹ ਜਿਹੜਾ ਮੈਂ ਪਲੇ ਕਰ ਰਿਹਾ ਜਾਂ ਕੁਛ ਹੈ, ਕਿਤੇ ਅਸਲ 'ਚ ਦੁੱਖ ਨਾ ਕਰਕੇ ਉਵੇਂ ਨਹੀਂ ਹੋਇਆ, ਕਿਉਂਕਿ ਉਹ ਪਤਾ ਹੁੰਦਾ ਨਾ ਆਪ ਨੂੰ ਵੀ ਇਹ ਤਾਂ ਫਿਲਮ ਹੈ, ਇਹ ਤਾਂ ਉਵੇਂ ਕਰਕੇ ਆ, ਆਪਾਂ ਹਜੇ ਐਡੇ ਵੱਡੇ ਉਵੇਂ ਐਕਟਰ ਹੋਏ ਨਹੀਂ ਵੀ ਉਹ ਉੱਥੇ ਚਲਿਆ ਜਾਵਾਂ, ਨਾ ਇਹ ਦੂਰ ਹੈ, ਇਹ ਸਾਰੇ ਨਵਾਜ਼ੁਦੀਨ ਸਦੀਕੀ ਬਹੁਤ ਵੱਡਾ ਐਗਜ਼ਾਮਪਲ ਹੈ ਨਾ, ਹਾਂ ਵੀ ਉਹ ਸਾਰੇ ਉਹ ਬਹੁਤ ਵੱਡੇ ਆ ਸਾਰੇ ਜਣੇ, ਆਪਾਂ ਉਵੇਂ ਨਹੀਂ, ਮੇਰੇ ਤੋਂ ਐਂ ਨਹੀਂ ਹੋਇਆ ਕਦੇ ਵੀ ਮੈਂ ਉਨੇ ਉਹ 'ਚ ਜ਼ੋਨ 'ਚ ਚਲਾ ਜਾਵਾਂ। ਉਹ ਬਹੁਤ ਵੱਡੀਆਂ ਗੱਲਾਂ ਇਹ ਆਪਣੇ ਵਰਗੇ ਬੰਦੇ ਆ ਨਾ ਜਿਹੜੇ ਜਿਨ੍ਹਾਂ ਵੀ ਉਹਦੇ ਲਈ ਬਹੁਤ ਮਸਤ ਮੌਲਾ ਹੋਣਾ ਪੈਣਾ, ਕੰਮ ਆਪਣੀਆਂ ਲੋੜਾਂ ਬਹੁਤ ਆ। ਪ੍ਰਿੰਸ ਵਾਸਤੇ ਜਦੋਂ ਅਸੀਂ ਧਾਰਮਿਕ ਫਿਲਮ ਕਰਦੇ ਹਾਂ ਨਾ,
ਤਾਂ ਜ਼ਿੰਦਗੀ 'ਚ ਬਹੁਤ ਸਾਰੇ ਜਿਹੜੇ ਸਾਡੀ ਜ਼ਿੰਦਗੀ 'ਚ ਇੰਟਰਨਲ ਦੁੱਖ ਚੱਲ ਰਹੇ ਹੁੰਦੇ ਆ, ਕਿਉਂਕਿ ਹਰ ਇਨਸਾਨ ਕਿਸੇ ਨਾ ਕਿਸੇ ਪਰੇਸ਼ਾਨੀ ਨੂੰ ਫੇਸ ਕਰ ਰਿਹਾ ਹੁੰਦਾ, ਔਖੇ ਸਮੇਂ ਨੂੰ ਫੇਸ ਕਰ ਰਿਹਾ ਹੁੰਦਾ। ਬੇਸ਼ੱਕ ਸ਼ੋਹਰਤਾਂ ਦੌਲਤਾਂ ਇਹ ਚੀਜ਼ਾਂ ਬਣੀਆਂ ਨੇ ਆਉਂਦੀਆਂ ਜਾਂਦੀਆਂ, ਪਰ ਇੰਟਰਨਲ ਦੁੱਖ ਚੀਜ਼ਾਂ ਹੁੰਦੀਆਂ ਨੇ। ਇਹ ਫਿਲਮ ਯੂਨੋ ਜਦੋਂ ਐਗਜ਼ਾਮਪਲ ਯੂਨੋ ਇਹ ਦਿੰਦੀ ਆ ਕਿ ਵੀ ਤੁਹਾਡੇ ਅੰਦਰ ਸਬਰ, ਦੁੱਖ ਨੂੰ ਕਿਵੇਂ ਸਹਿਣਾ ਆ, ਵੀ ਪਰੇਸ਼ਾਨ ਨਹੀਂ ਹੋਣਾ, ਰੱਬ ਨਾਲ ਜੁੜ ਕੇ ਰਹਿਣਾ ਆ। ਅਰਦਾਸ 'ਚ ਬਹੁਤ ਦਮ ਹੈ, ਬਹੁਤ ਰੱਬ ਸੁਣਦਾ। ਪ੍ਰਿੰਸ ਦੀ ਜ਼ਿੰਦਗੀ 'ਚ ਜਦੋਂ ਕੋਈ ਦੁੱਖ ਆਉਂਦਾ, ਕੋਈ ਤਕਲੀਫ ਆਉਂਦੀ ਹੈ, ਪ੍ਰਿੰਸ ਇਸ ਚੀਜ਼ ਨੂੰ ਕਿਵੇਂ ਡੀਲ ਕਰਦਾ ਹੈ? ਜਾਂ ਅੱਜ ਕੋਈ ਚੱਲ ਰਿਹਾ, ਮੈਂ ਚਾਹੁੰਦਾ ਕੋਈ ਇੱਦਾਂ ਦਾ ਕਿੱਸਾ ਬਾਈ ਹੋਵੇ ਜਿੱਥੋਂ ਤੁਸੀਂ ਸਿੱਖਿਆ ਹੋਵੇ। ਦੇਖੋ ਆਪਾਂ ਸਿੱਖਦੇ ਹੀ ਰਹਿੰਦੇ ਹਾਂ, ਹਮੇਸ਼ਾ ਹੀ ਸਿੱਖਦੇ ਰਹਿੰਦੇ ਹਾਂ। ਅਤੇ ਅਸਲ 'ਚ ਮੈਨੂੰ ਐਂ ਲੱਗਦਾ ਹੁੰਦਾ ਵੀ ਜਦੋਂ ਤੁਹਾਡੇ ਨਾਲ ਜੁੜੇ ਹੁੰਦੇ ਆ ਨਾ ਬੰਦੇ, ਅਤੇ ਉਦੋਂ ਤੁਸੀਂ ਤੁਹਾਡੇ ਕੋਲ ਚਾਰ ਜਣੇ ਹੁੰਦੇ ਆ ਜਿਨ੍ਹਾਂ ਨਾਲ ਤੁਸੀਂ ਗੱਲ ਕਰ ਸਕਦੇ ਆ, ਉਦੋਂ ਮੈਨੂੰ ਲੱਗਦਾ ਉਹ ਦੁੱਖ ਵੰਡਿਆ ਜਾਂਦਾ। ਤੁਸੀਂ ਕਿਸੇ ਨਾਲ ਗੱਲ ਕਰ ਲੈਂਦੇ ਹਾਂ, ਉਹ ਹਲਕੇ ਹੋ ਜਾਂਦੇ ਆ। ਅਤੇ ਮੈਂ ਉਹ ਵਾਹਿਗੁਰੂ ਨੇ ਇੰਨੀ ਮਿਹਰ ਆ ਆਪਣੇ 'ਤੇ ਵੀ ਵੱਡਾ ਬਾਈ ਭਾਬੀ ਉਹਨਾਂ ਦੇ ਜਵਾਕ ਚੱਲੇ, ਇੱਧਰ ਗਿੱਪੀ ਬਾਈ ਹੋ ਗਏ, ਹੈ ਨਾ, ਜੇ ਇੱਧਰ ਲਾਈਨ 'ਚ ਆ ਤਾਂ ਇੱਥੇ ਵੀ ਮੇਰੇ ਕੋਲ ਇੱਕ ਦੋ ਜਣੇ ਹੈਗੇ। ਫਿਰ ਮੇਰੇ ਕਰਮਾਂ ਵਾਲਾ ਵੀ ਮੇਰੇ ਦੋਸਤ ਜਿਹੜੇ ਬਚਪਨ ਵਾਲੇ ਦੋਸਤ ਆ ਉਹ ਵੀ ਇਸ ਲਾਈਨ 'ਚ ਹੀ ਨਾਲ, ਅਤੇ ਉਹ ਮੇਰੇ ਨਾਲ ਹੀ ਹੁੰਦੇ ਆ। ਅਤੇ ਉਹ ਕਦੇ ਇੰਨੀ ਐਂ ਹੋਈ ਨਹੀਂ ਵੀ ਮੈਂ ਕਿਤੇ ਇਕੱਲਾ ਰਹਿ ਗਿਆ, ਜਾਂ ਮੈਂ ਹਜੇ ਟਿੱਕਰ ਤਾਂ ਵਾਹਿਗੁਰੂ ਦੀ ਮਿਹਰ ਨਾਲ ਐਂ ਕਦੇ ਹੋਇਆ ਨਹੀਂ। ਜੇ ਮੈਂ ਸ਼ੋਪ ਕੀਤੀ ਤਾਂ ਯਾਰਾਂ ਦੋਸਤਾਂ ਨੇ ਫੁੱਲ ਸਪੋਰਟ, ਮੈਂ ਤਾਂ ਪਤਾ ਹੀ ਨਹੀਂ ਸੀ, ਉਹਨੇ ਮੈਨੂੰ ਕਾਊਂਟਰ ਬਣਾਤਾ, ਇਹਨੇ ਆਹ ਲਿਆਤਾ, ਉਹ ਕਲੀ ਕਰੀ ਜਾਂਦਾ, ਉਹਨਾਂ ਕੋਲ 50-50 ਸੀਗੇ, ਉਹਨਾਂ ਨੇ 150 ਦੀ ਕਲੀ ਲਿਆਂਦੀ, 15 ਦਾ ਲਿਆਂਦਾ ਬਰਾਸ਼ ਦੂਜੀ ਕੂਚੀ, ਅਤੇ ਉਹ ਮਾਰ ਕੇ ਉਹ ਚਲੇ ਗਏ। ਉਹ ਮੈਂ ਇੰਨਾ ਕੁ ਕਰਮਾ, ਮੈਂ ਐਂ ਵਾਹਿਗੁਰੂ ਦਾ ਸ਼ੁਕਰ ਕਰਦਾ ਹੁੰਦਾ ਵੀ ਆਲਾ ਦੁਆਲਾ ਮੇਰਾ ਐਂ ਹੋ ਜਾਂਦਾ ਵੀ ਮੈਨੂੰ ਕਦੇ ਉਹ ਹੋਈ ਨਹੀਂ। ਪਤਾ ਨਹੀਂ ਇਹ ਕਿਵੇਂ ਹੁੰਦਾ, ਐਂ ਇਹ ਪਤਾ ਨਹੀਂ, ਇਹ ਇਹ ਨੇਚਰ 'ਚ ਹੋਣੀ ਬਹੁਤ ਕਮਾਲ ਦੀ ਚੀਜ਼ ਆ ਇਹ। ਹਾਂ, ਵੰਡ ਕੇ ਖਾਣ 'ਚ ਵੀ ਰੱਖਦੇ ਹੋ? ਹਾਂ, ਉਹ ਸਾਡਾ ਚਾਹ ਹੀ ਹੈ। ਕਦੇ ਕਈ ਲਾਲਚ ਨੇ ਅਟਰੈਕਟ ਨਹੀਂ ਕੀਤਾ ਕਿ ਕੋਈ ਚੀਜ਼ ਵੱਧ ਆ ਕੇ ਸਾਨੂੰ ਖਿੱਚ ਕੇ ਲੈ? ਨਹੀਂ, ਕਈ ਵਾਰੀ ਤੁਹਾਡੇ ਦਿਮਾਗ 'ਚ ਆ ਜਾਂਦਾ ਵੀ ਚਲੋ ਯਾਰ ਆਹ ਕੰਮ ਆਏ ਨਹੀਂ ਤਾਂ ਪੈਸੇ ਪਿੱਛੇ ਕਰ ਲਓ, ਹੈ ਨਾ, ਪਰ ਉੱਥੇ ਫਿਰ ਸਕੂਨ ਨਹੀਂ ਹੁੰਦਾ। ਫਿਰ ਜੇ ਮੈਂ ਪੈਸੇ ਪਿੱਛੇ ਹੀ ਕਰਨਾ ਹੁੰਦਾ ਤਾਂ ਫਿਰ ਮੈਂ ਦੁਕਾਨ ਕਿਉਂ ਛੱਡ ਕੇ ਆਇਆ, ਮੈਂ ਸ਼ੋਰੂਮ ਕਿਉਂ ਛੱਡਿਆ, ਐਡਾ ਚੱਲਦਾ ਸੀ ਉਹ। ਅਤੇ ਬਈ ਜਦੋਂ ਧਾਰਮਿਕ ਫਿਲਮ ਕਰਕੇ ਨਾ, ਸਪੈਸ਼ਲੀ ਅਸੀਂ ਫਿਲਮ ਦਾ ਸਾਡਾ ਕਰਨ ਦਾ ਪਰਪਸ ਇਹ ਵੀ ਹੁੰਦਾ ਕਿ ਆਪਣੇ ਪਰਿਵਾਰ ਵਾਸਤੇ, ਹੈ ਨਾ, ਵੀ ਤਾਂ ਕਿ ਸਾਡੀ ਮਾਂ ਜਾਂ ਸਾਡਾ ਫਾਦਰ ਸਾਹਿਬ ਜਦੋਂ ਜਾਣ। ਨਹੀਂ ਦੇਖੋ, ਇਹਦੇ 'ਚ ਕੋਈ ਉਵੇਂ ਨਹੀਂ ਹੈ ਜੇ ਵੀ ਇਹ ਫਰਜ਼ ਹੀ ਹੁੰਦਾ ਆਪਣਾ ਵੀ ਤੁਸੀਂ ਸਮਾਜ ਨੂੰ, ਫਰਜ਼ ਹੁੰਦਾ ਪਰ ਪਰਿਵਾਰ ਬਹੁਤ ਖੁਸ਼ ਹੁੰਦਾ। ਹਾਂ, ਵੀ ਸਮਾਜ ਨੂੰ ਸੇਧ ਅਤੇ ਇੱਕ ਵੀ ਦੇਖੋ ਫੈਮਿਲੀ ਜਿਹੜੀ ਫਿਲਮ ਹੈ, ਜਿਹੜੀ ਇੱਦਾਂ ਦੀਆਂ ਫਿਲਮਾਂ ਉਹ ਕਰਕੇ ਤਾਂ ਜਿਵੇਂ ਪਹਿਲਾਂ ਵੀ ਮਾਨ ਸਾਹਿਬ ਨੇ ਕੀਤੀ ਸੀ ਉੱਚਾ ਦਰ ਬਾਬੇ ਨਾਨਕ ਦਾ, ਹੈ ਨਾ, ਅਤੇ ਉਦੋਂ ਪਹਿਲਾਂ ਜਿਵੇਂ ਸੁਨੀਲ ਦੱਤ ਅਰਗੇ ਸੀਗੇ, ਉਹਨਾਂ ਨੇ ਫਿਲਮਾਂ ਪੰਜਾਬੀ ਕੀਤੀਆਂ, ਨਾਨਕ ਨਾਮ ਜਹਾਜ਼ ਹੈ, ਹੋਰ ਇੱਦਾਂ ਦੀਆਂ ਫਿਲਮਾਂ ਜਿਵੇਂ ਹੁੰਦੀਆਂ, ਤਾਂ ਉਹ ਇੱਕ ਆਪਦੇ ਆਪ ਨੂੰ ਸੰਤੁਸ਼ਟੀ ਹੁੰਦੀ ਹੈ। ਪ੍ਰਿੰਸ ਦੀ ਘਰੇ ਕੋਈ ਕਿਸੇ ਨੇ ਗੱਲ ਕੀਤੀ ਜਾਂ ਨਹੀਂ? ਖੁਸ਼ ਹੁੰਦੇ ਆ, ਪੱਗ ਤੋਂ ਹੀ ਬੜੇ ਖੁਸ਼ ਆ, ਬਾਈ ਅਰਗਿਆਂ ਦੇ ਫੋਨ 'ਤੇ ਫੋਨ ਵੀ ਕਹਿੰਦੀ ਪਹਿਲਾਂ ਪੱਗ ਜਦੋਂ ਦੇਖੇ ਮੰਮੀ ਨੇ, ਨਹੀਂ ਮੰਮੀ ਮੇਰੇ ਹੈ ਨਹੀਂ ਜੇ, ਪੂਰੇ ਹੋ ਗਏ ਸੀ 2012 'ਚ, ਫਾਦਰ ਹੋ ਰਹੀ, ਸੋਰੀ, ਨਹੀਂ ਫਾਦਰ ਸਾਹਿਬ ਵੀ ਪੂਰੇ ਹੋ ਗਏ, ਸੋਰੀ, ਬਟ ਕੋਈ ਗੱਲ ਨਹੀਂ, ਮੈਨੂੰ ਐਂ ਲੱਗਦਾ ਕਿ ਤੁਸੀਂ ਉਹ ਨਾਲ ਹੀ ਆਪਣੇ ਤੁਹਾਨੂੰ ਇੰਨੀਆਂ ਮਾਵਾਂ ਦਾ ਤੁਹਾਨੂੰ ਪਿਆਰ ਮਿਲ ਗਿਆ, ਬਿਲਕੁਲ ਸਾਰੇ ਜਾਣੇ, ਉਹੀ ਮੈਂ ਕਹਿੰਦਾ ਹੁੰਦਾ ਵੀ ਮੈਨੂੰ ਪਿਆਰ ਬਹੁਤ ਮਿਲਦਾ। ਮੈਨੂੰ ਤੁਸੀਂ ਦੇਖ ਲਓ, ਮੈਂ ਬਤੌਰ ਰਾਈਟਰ ਵੀ ਕੰਮ ਕਰਦਾ ਰਿਹਾ, ਅਤੇ ਮੈਨੂੰ ਸਭ ਤੋਂ ਜ਼ਿਆਦਾ ਰਾਈਟਰਾਂ ਨੇ ਪ੍ਰਮੋਟ ਕੀਤਾ, ਜਗਦੀਪ ਸਿੱਧੂ, ਯੈਸ, ਉਹਨੇ
ਉਸਤਾਦ ਰੱਖੀ ਹੁਣ ਤੂੰ 15 ਦਿਨ ਰੱਖ ਲਾ ਆਪਦੇ। ਮੈਂ ਜਦੋਂ ਉਹਨੂੰ ਮਿਲਣਾ ਮੈਂ ਉਹਨੂੰ ਕਹਿੰਦਾ ਕੋਈ ਲਿਖ ਦੇ ਰੋਲ ਰੂਲ, ਹਾਲਾਂਕਿ ਮੈਂ ਵੀ ਲਿਖਦਾ ਸੀਗਾ ਹੈ ਨਾ। ਅਤੇ ਧੀਰਜ ਵੀਰਾ, ਹਾਂ ਧੀਰਜ ਰਤਨ ਸ਼ਰੀਕ, ਉਹ ਮੈਂ ਇੱਕ ਦਿਨ ਕੁਦਰਤੀ ਨਵਨੀਤ ਬਾਈ ਕੋਲ ਜਾ ਵੜਿਆ, ਮੈਨੂੰ ਬਾਈ ਦੇ ਨਾਲ ਹੁੰਦਾ ਸੀ ਰਾਹੁਲ ਅਤੇ ਜੋ ਉੱਥੇ ਸਾਊਂਡ ਮਿਕਸਿੰਗ ਇੰਜੀਨੀਅਰ ਆ ਉਹਨਾਂ ਕੋਲ ਬੈਠਾ ਸੀ ਮੈਂ, ਗੱਲ ਹੋ ਗਈ। ਅਗਲੇ ਦਿਨ ਮੈਨੂੰ ਰਾਹੁਲ ਉੱਥੇ ਲੈ ਗਿਆ ਨਵਨੀਤ ਬਾਈ ਕੋਲ ਬੋਂਬੇ, ਗਾਂ ਧੀਰਜ ਵੀਰਾ ਬੈਠਾ, ਨਾਲ ਬੈਠਾ ਆਪਣਾ ਮਾਵੀ ਵੀਰਾ ਸਰਮੀਤ ਮਾਵੀ। ਉਹ ਕਹਿੰਦੇ ਪ੍ਰਭਾ ਤੈਨੂੰ ਲੱਭੀ ਜਾਂਦੇ ਜੀ ਅਸੀਂ ਸ਼ਰੀਕ 'ਚ ਬੰਤ ਦਾ ਕਰੈਕਟਰ ਕਰਾਉਣਾ ਤੇਰੇ ਤੋਂ। ਵਾਹ, ਲਾਟੂ ਕੀਤੀ ਹੋਰ ਮਾਵੀ ਨੇ ਵੀਰੇ ਨੇ ਬਹੁਤ ਮੇਰਾ ਉਹ ਕੀਤਾ ਮੈਨੂੰ, ਮੈਂ ਇਕਲੌਤਾ ਉਹ ਬੰਦਾ ਜਿਹਨੂੰ ਰਾਈਟਰ ਵੀ ਆ ਅਤੇ ਰਾਈਟਰਾਂ ਨੇ ਹੀ ਬਹੁਤ ਪ੍ਰਮੋਟ ਕੀਤਾ। ਯੈਸ ਯਾਰ ਇਹਨੂੰ ਕਰੋ ਪ੍ਰਿੰਸ ਵੀਰੇ। ਮੈਂ ਨਾ ਇੱਕ ਚੀਜ਼, ਮੇਰਾ ਲਾਸਟ ਵਾਲਾ, ਇਸ ਤੋਂ ਬਾਅਦ ਮੈਂ ਇਹਨੂੰ ਵਾਈਂਡ ਅਪ ਕਰਨਾ ਚਾਹੂੰਗਾ। ਮੈਂ ਨਾ ਹੁਣੇ ਤੁਹਾਡੀ ਗੱਲ 'ਚੋਂ ਨਾ ਮੈਨੂੰ ਇੱਕ ਚੀਜ਼ ਫੀਲ ਹੋਈ ਆ ਵੀ ਤੁਹਾਡੇ ਪੇਰੈਂਟਸ ਬਾਰੇ, ਤੁਸੀਂ ਜਵਾਬ ਨਹੀਂ ਦੇਣਾ ਚਾਹੋਗੇ ਤਾਂ ਵੀ ਕੋਈ ਚੱਕਰ ਨਹੀਂ, ਬਟ ਇਹ ਚੀਜ਼ ਮੈਂ ਫੀਲ ਕੀਤੀ ਕਿ ਇਨਸਾਨ ਇੰਨੀ ਤਰੱਕੀ ਕਰ ਲੈਂਦਾ, ਇੰਨਾ ਕੁਛ ਪਾ ਲੈਂਦਾ, ਰਹਿੰਦਾ ਬੰਦੇ ਦੇ ਮਨ 'ਚ ਹੈ ਨਾ। ਮੇਰੇ ਵੀ ਰਹਿੰਦਾ ਵੀ ਜੇ ਅੱਜ ਯਾਰ ਜੇ ਮਾਂ ਮੇਰੀ ਨੇ ਬਹੁਤ ਸਪੋਰਟ ਕੀਤੀ, ਬੜਾ ਸੀ, ਮੰਮੀ ਡੀ ਪੀ ਆਰ ਕੀਤੀ ਹੋਈ ਸੀ, ਜੋਬ ਨਹੀਂ ਕੀਤੀ ਮੰਮੀ ਨੇ, ਅਤੇ ਡੈਡੀ ਸੀਗੇ ਹੈ ਨਾ, ਵੀ ਚਲੋ ਉਹ ਹੁੰਦਾ ਵੀ ਐਂ ਹੁੰਦਾ ਯਾਰ ਅੱਜ ਜਿਹਦੇ ਪਿੱਛੇ ਮੈਂ ਲੱਗਿਆ ਹੋਇਆ ਸੀ, ਮੰਮੀ ਕਹਿੰਦੇ ਸੀ ਕੋਈ ਨਹੀਂ ਅੱਜ ਨਹੀਂ ਕੱਲ੍ਹ ਨੂੰ ਹੋ ਜੂਗਾ, ਵੀ ਹਟੀ ਨਾ ਲਾਈਨ 'ਚ ਲੱਗਿਆ ਰਹੀ, ਵੀ ਉਹ ਜਦੋਂ ਮੈਂ ਉਹ ਕੀਤੀ ਵੀ ਉਹ ਹੈ ਨਹੀਂ ਗੀ ਉਦੋਂ, ਇਹ ਮਨ 'ਚ ਆਉਂਦਾ ਹੁੰਦਾ। ਫਿਰ ਨਾਲ ਇਹ ਗੱਲ ਸੋਚੀ ਦੀ ਹੈ ਵੀ ਯਾਰ ਬੰਦਾ ਕਈ ਵਾਰੀ ਬਿਮਾਰ ਹੋ ਗਿਆ ਮੰਜੇ 'ਤੇ ਪਿਆ, ਉਹੀ ਜਿਹੜੇ ਜਵਾਕ ਆ ਉਹ ਸੇਵਾ ਨਹੀਂ ਕਰ ਪਾਉਂਦੇ ਹੈ ਨਾ, ਅਤੇ ਕੋਈ ਉਹ ਜਿਹੀ ਗੱਲ ਵੀ ਉਹੋ ਜਿਹੀ ਪ੍ਰੋਬਲਮ ਨਹੀਂ ਹੋਈ, ਤੁਰੇ ਫਿਰਦੇ ਹੱਸਦੇ ਖੇਡਦੇ। ਔਰ ਮੇਰੇ ਅਤੇ ਮੇਰੇ ਬ੍ਰਦਰ ਦੀ ਆਪਸ 'ਚ ਸਾਡੀ, ਅਸੀਂ ਇਕੱਠੇ ਹੀ ਹਾਂ, ਆਪਸ ਸਾਡਾ ਬਹੁਤ ਪਿਆਰ ਆ ਹੈ ਨਾ। ਮੈਂ ਅਜੇ ਵੀ ਬਾਈ ਤੋਂ ਓਨਾ ਹੀ ਡਰਦਾ ਜਿੰਨਾ ਮੈਂ ਨਿੱਕਾ ਹੁੰਦਾ ਡਰਦਾ ਸੀ, ਅੱਜ ਵੀ ਓਨੀ ਗੱਲ ਹੀ ਸੁਣਦਾ ਉਹਨਾਂ ਦੀ ਮੈਂ ਹੈ ਨਾ। ਵੀ ਇਹ ਚੀਜ਼ਾਂ ਸਾਂਭ ਕੇ ਰੱਖੀਆਂ ਵੀ ਉਹ ਖੁਸ਼ ਗਏ ਆ, ਬੰਦਾ ਰਾਜਦਾ ਤਾਂ ਹੁੰਦਾ ਨਹੀਂ, ਕੱਲ੍ਹ ਨੂੰ ਵੀ ਜੇ ਆਹ ਦੇਖ ਜਾਂਦੇ ਉਹ, ਫਿਰ ਮੈਨੂੰ ਲੱਗਣਾ ਸੀਗਾ ਵੀ ਯਾਰ ਗਾਂ ਹੋਰ ਦੇਖ ਜਾਂਦੇ, ਮੈਂ ਹੁਣ ਵੀ ਇਦੂ ਬਾਅਦ ਕਿਤੇ, ਚਲੋ ਹਜੇ ਤਾਂ ਮੈਂ ਫਲੈਟ 'ਚ ਹੀ ਮੈਂ ਰਹੀ ਜਾਂਦਾ, ਅਤੇ ਫਿਰ ਮੈਂ ਵੀ ਇੱਥੇ ਆਪਦਾ ਥਾਂ ਲੈ ਕੇ ਘਰ ਪਾਉਂਦਾ, ਉੱਥੇ ਵੀ ਹੁੰਦੇ, ਇਹ ਤਾਂ ਰੱਜਦਾ ਤਾਂ ਹੁੰਦਾ ਨਹੀਂ। ਮੈਂ ਇਸ ਵੱਲ ਤੁਹਾਨੂੰ ਤਾਂ ਪੁੱਛਿਆ ਕਿਉਂਕਿ ਨਾ 3-4 ਦਿਨ ਪਹਿਲਾਂ ਸ਼ਾਇਦ ਮੈਂ ਨਾ ਇੱਕ ਰੀਲ ਜੀ ਦੇਖੀ ਆ ਕਰਨ ਔਜਲੇ ਦੀ, ਸਟੇਜ 'ਤੇ ਖੜਿਆ ਸੀਗਾ ਉੱਥੇ ਵੈਨਕੂਵਰ ਸ਼ੋਅ ਦਾ ਰਹੇ ਸੀਗੇ, ਕਹਿੰਦੇ ਕਿ ਮੈਂ ਨਾ ਮੇਰੀ ਜ਼ਿੰਦਗੀ ਸਿਰਫ ਭੈਣਾਂ ਹੀ ਨਹੀਂ, ਮਾਂ ਪਿਓ ਮੇਰੇ ਹੈ ਨਹੀਂ, ਮੇਰੀ ਜ਼ਿੰਦਗੀ 'ਚ ਹੁਣ ਕੋਈ ਦੁੱਖ ਰਹਿ ਨਹੀਂ ਗਿਆ ਜਿਹੜਾ ਮੈਨੂੰ ਦੁੱਖ ਦੇਵੇ, ਕੋਈ ਦੁੱਖ ਇੱਦਾਂ ਰਹਿ ਨਹੀਂ ਗਿਆ ਕਿ ਜਿਹੜਾ ਮੈਨੂੰ ਦੁਖੀ ਕਰੇ, ਕਿਉਂਕਿ ਮਾਂ ਪਿਓ ਹੈ ਨਹੀਂ, ਭੈਣਾਂ ਨਹੀਂ। ਵੀਰੇ ਦੇ ਤਾਂ ਸਮੇਂ ਤੋਂ ਬਹੁਤ ਪਹਿਲਾਂ ਚਲੇ ਗਏ ਨਾ, ਹੁਣ 82-83 ਸਾਲ ਦੇ ਸੀ ਮੇਰੇ ਫਾਦਰ, ਤਾਂ ਠੀਕ ਹੈ ਤੁਰੇ ਫਿਰਦੇ ਵਧੀਆ ਪਾਠ ਕਰਦੇ ਸੈਰ ਕਰਦੇ ਗਏ ਆ, ਉਹ ਕੋਈ ਇੱਕ ਇੰਨੀ ਵੀ ਕਦੇ ਪਾਣੀ ਐਂ ਨਹੀਂ ਹੋਇਆ ਵੀ ਕਿਤੇ ਬਿਮਾਰ ਹੋਏ ਹੋਣ ਜਾਵੇ ਨਾ, ਉਹਨਾਂ ਦਾ ਵੈਸੇ ਹੀ ਸਟਾਈਲ ਹੁੰਦਾ ਸੀ, ਇੱਕ ਦਿਨ ਗੋਡਾ ਦੁਖੀ ਆਵੇ ਮੈਂ ਕਿਹਾ ਡੈਡੀ ਆਪਾਂ ਦਿਖਾ ਲਿਆਉਂਦੇ ਹਾਂ ਜਾ ਕੇ, ਕਹਿੰਦੇ ਨਾ ਜਿਹਨੇ ਦੁਖਣ ਲਾਇਆ ਉਹੀ ਹਟਾਊ। ਵਾਹ ਬਾਈ, ਮੈਂ ਨਾ ਹੋਰ ਬਹੁਤ, ਮੇਰੇ ਨਾਲ ਕਨੈਕਟ ਹੋ ਪਾਇਆ ਮੈਂ, ਤੇ ਮੈਂ ਹੋਰ ਬਹੁਤ ਵੱਡੀ ਮੁਲਾਕਾਤ ਕਰਨੀ ਹੈ, ਬਟ ਉਹ ਕਰੂੰਗਾ ਫਿਰ ਕਦੇ, ਫਿਰ ਕਦੀ ਕਰਾਂਗੇ, ਬਟ ਫਿਲਹਾਲ ਇਸ ਅਰਦਾਸ ਲਈ ਬਹੁਤ ਅਰਦਾਸਾਂ ਨੇ ਕਿ ਅਰਦਾਸਾਂ ਦਾ ਵੈਸੇ ਕਬੂਲ ਹੋਈ ਹੈ ਅਰਦਾਸ ਹਰ ਕਿਸੇ ਇਨਸਾਨ ਦੀ ਜਿਹੜਾ ਇਨਸਾਨ ਦਿਲੋਂ ਕਰੇ, ਐਂਡ ਥੋੜ੍ਹੀ ਸਕਸੈਸ ਦੀ ਅਰਦਾਸ ਵੀ ਹੈਗੀ ਹੈ ਦਿਲ ਤੋਂ ਕਿ ਤੁਸੀਂ ਸਕਸੈਸ ਕਰੋ ਜ਼ਿੰਦਗੀ 'ਚ, ਤੁਸੀਂ ਅਚੀਵ ਕਰੋ, ਐਂਡ ਥੈਂਕ ਯੂ ਸੋ ਮਚ। ਅਸੀਂ ਹੁਣ ਦੁਬਾਰਾ ਫਿਰ ਤੋਂ ਲੰਬੀ ਮੁਲਾਕਾਤ ਕਰਦੇ ਹਾਂ ਪ੍ਰਿੰਸ ਕਵਲ ਜੀ, ਧੰਨਵਾਦ।